ਨਮਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੌਮਿਤਵ ਯੋਜਨਾ ਤੇ ਗੱਲ ਕਰਾਂਗੇ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਪਰ ਸਰਕਾਰ ਸ਼੍ਰੀ ਗਰੀ ਰਾਜ ਜੀ ਨਾਲ ਸੌਮਿਤਵ ਯੋਜਨਾ ਕੀ ਹੈ ਅਤੇ ਇਹਨੂੰ ਸ਼ੁਰੂ ਕਰਨ ਦੇ ਪਿੱਛੇ ਕੀ ਉਦੇਸ਼ ਨੇ ਵੇਖੋ ਇਹ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇੱਕ ਵਿਜ਼ਨ ਹੈ ਉਹ ਵਿਜ਼ਨ ਦੇਸ਼ ਦੇ ਲਗਭਗ ਜੋ 6.6 ਲੱਖ 7 ਲੱਖ ਪਿੰਡ ਨੇ ਉਹਨਾਂ ਪਿੰਡਾਂ ਵਿੱਚ ਜੋ ਜਿੱਨਾਂ ਵਿੱਚ ਘਰ ਦਾ ਕਰੋੜੀ ਜਿੰਨੂੰ ਦੇਸੀ ਭਾਸ਼ਾ ਵਿੱਚ ਕਹਿੰਦੇ ਆ ਉਹਨਾਂ ਦੇ ਕਾਗਜ਼ ਉਹਨਾਂ ਦੇ ਕੋਲ ਨਹੀਂ ਹੁੰਦੇ ਉਹਨਾਂ ਕੋਲ ਬਕਾਇਦਾ ਟੈਕਨੀਕਲ ਮਾਲਕਾਨਾ ਹੱਕ ਨਹੀਂ ਹੁੰਦਾ ਇਸ ਲਈ ਉਹਨਾਂ ਨੇ ਇੱਕ ਸਵमित्व ਯੋਜਨਾ ਦਾ ਦਿਸ਼ਾ ਨਿਰਦੇਸ਼ ਦਿੱਤਾ ਅਤੇ ਉਹ ਸਵमित्व ਯੋਜਨਾ ਅੱਜ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਰਹੀ ਆਏ ਪਿੰਡੂ ਜੀਵਨ ਵਿੱਚ ਇੱਕ ਨਵਾਂ ਜੋਸ਼ ਲਿਆ ਰਿਹਾ ਹੈ ਇਹ ਸਵमित्व ਸਿਰਫ ਇੱਕ ਡਰੋਨ ਤੋਂ ਕਰਾਂ ਦਾ ਇੱਕ ਨਕਸ਼ਾ ਨਹੀਂ ਹੈ ਇਹ ਇੱਕ ਪੱਕਾ ਰਜਿਸਟਰਡ ਡਿਡ ਹੈ ਜਿਸ ਦਾ 1.2 ਸੈਂਟੀਮੀਟਰ ਦਾ ਫਰਕ ਹੁੰਦਾ ਹੈ ਫੋਟੋ ਲੈਂਦਿਆਂ ਹੋਇਆਂ ਉਸ ਤੋਂ ਪਹਿਲਾਂ ਰਾਜ ਸਰਕਾਰ ਉਸ ਦੀ ਚੂਨਾ ਪੱਟੀ ਲਗਾਉਂਦੀ ਹੈ ਉੱਥੋਂ ਦੇ ਲੋਕਾਂ ਕੋਲੋਂ ਫਿਰ ਆਲੇ ਦੁਆਲੇ ਦੇ ਲੋਕੀ ਉਹਦੇ ਤੇ ਇਤਰਾਜ਼ ਕਰਦੇ ਰਾ ਸਰਕਾਰ ਉਸ ਦਾ ਹੱਲ ਕਰਦੀ ਫਿਰ ਡਿਮਡ ਫਿਰ ਰਜਿਸਟਰਡ ਮੈਪਸ ਨੇ ਉਹਨਾਂ ਨੂੰ ਦੇ ਦਿੱਤਾ ਜਾਂਦਾ ਇਹ ਸੌਮਿਤਵ 2020 ਵਿੱਚ 24 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਜੀ ਨੇ ਇਸ ਦੀ ਸ਼ੁਰੂਆਤ ਕੀਤੀ ਪੇਸ਼ਣਲ ਪੈਂਡੂਵੰਤ ਜੀਵਨ ਵਿੱਚ ਕੀ ਬਦਲਾਅ ਆ ਰਹੇ ਨੇ ਅਤੇ ਪਵਿਕ ਵਿੱਚ ਇਸ ਯੋਜਨਾ ਨਾਲ ਕੀ ਲਾਭ ਮਿਲੇਗਾ ਵੇਖੋ ਲਾਭ ਤਾਂ ਲੈਣ ਵਾਲੇ ਦੇ ਉੱਤੇ ਨਿਰਭਰ ਕਰਦਾ ਹੈ ਹੁਣ ਬੈਂਕਾਂ ਨੂੰ ਹੁਕਮਨਾਮੇ ਜਿਵੇਂ ਸ਼ਹਿਰ ਦੇ ਮਕਾਨ ਦਾ ਕਾਗਜ਼ਾਤ ਹੁੰਦਾ ਹੈ ਉਹ ਉਹਦੇ ਅਗੇਂਸਟ ਵਿੱਚ ਬੈਂਕ ਤੋਂ ਕਰਜ਼ਾ ਲੈਂਦੇ ਕੋਈ ਕੰਮ ਕਰਦੇ ਇਹ ਪਿੰਡ ਦੇ ਮਕਾਨ ਦਾ ਕੋਈ ਵੈਲਿਊ ਹੀ ਨਹੀਂ ਸੀ ਜਦੋਂ ਡਰੋਨ ਨਾਲ ਉਹਨਾਂ ਦੀਆਂ ਤਸਵੀਰਾਂ ਲਈ ਜਾਂਦੀਆਂ ਉਦੀ ਚੂਨਾ ਪੱਟੀ ਹੁੰਦੀ ਫਿਰ ਰਾਜ ਸਰਕਾਰ ਫਿਰ ਭਾਰਤ ਸਰਕਾਰ ਦੇ ਦੋਨਾਂ ਦੇ ਗਾਈਡਲਾਈਨ ਦੇ ਮੁਤਾਬਕ ਮਿਲਾ ਕੇ ਉਹਨਾਂ ਨੂੰ ਡਿਮਡ ਟੈਕਨੀਕਲ ਰਜਿਸਟਰਡ ਸਰਟੀਫਿਕੇਟ ਮਿਲਦਾ ਜਦੋਂ ਉਹ ਮਿਲਦਾ ਤੇ ਉਹਦੀ ਵਰਤੋਂ ਜ਼ਿੰਦਗੀ ਦੇ ਨਵੇਂ ਖੇਤਰ ਵਿੱਚ ਕਰਦੇ ਭਾਵੇਂ ਕਰਜ਼ਾ ਲੈਣ ਦੇ ਖੇਤਰ ਵਿੱਚ ਕਰਦੇ ਭਾਵੇਂ ਆਪਣੇ ਘਰਾਂ ਦੀ ਸੰਪਤੀ ਹੁੰਦੀ ਪਿੰਡ ਵਾਲਿਆਂ ਤੱਕ ਇਹ ਯੋਜਨਾ ਖੇਤੀ ਤੋਂ ਖੇਤੀ ਪਹੁੰਚੇ ਇਸ ਲਈ ਤੁਸੀਂ ਕੀ ਕਰ ਰਹੇ ਹੋ ਇਹ ਪਾਰ ਸਰਕਾਰ ਸਰਵੇ ਆਫ ਇੰਡੀਆ ਦੇ ਨਾਲ ਮਿਲ ਕੇ ਅਸੀਂ ਉਹਨਾਂ ਦਾ ਟੈਕਨੀਕਲ ਉਹਨਾਂ ਦੇ ਨਾਲ ਮੇਰਾ ਸਾਡਾ ਸਾਂਝਾ ਪ੍ਰੋਗਰਾਮ ਚੱਲ ਰਿਹਾ ਹੈ ਉਹੀ ਡਰੋਨ ਦੀ ਵਿਵਸਥਾ ਕਰਦੇ ਉਹੀ ਕੋਰ ਐਸ ਸੀਓ ਆਰ ਐਸ ਜਿੱਥੇ ਲਾਣਾ ਹੈ ਟੈਕਨੀਕਲ ਉਹ ਲਗਾਉਂਦੇ ਵਿਭਾਗ ਪੰਚਾਇਤੀ ਰਾਜ ਉਹਨਾਂ ਨੂੰ ਕਹਿੰਦਾ ਕਿ ਉਹਨਾਂ ਨੂੰ ਕੀ ਚਾਹੀਦਾ ਉਹ ਉਸ ਤਰੀਕੇ ਛੇਤੀ ਛੇਤੀ ਕੰਮ ਕਰ ਦੇ ਮੇਰਾ ਪ੍ਰੈਸ਼ਰ ਰਹਿੰਦਾ ਕਿ ਮੈਂ ਸਾਹਿਬ ਜਿੰਨਾ ਛੇਤੀ ਕਿਸੇ ਰਾਜ ਤੋਂ ਮੇਰਾ ਐਮਓਯੂ ਹੋ ਗਿਆ ਏ ਉੱਥੇ ਛੇਤੀ ਤੋਂ ਛੇਤੀ ਕੰਮ ਕਰਨ ਅਤੇ ਉਹ ਜੋ ਸੀਓਆਰਐਸ ਹੈ ਉਹ ਪਿੰਡ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸੰਚਾਰ ਲਿਆਏ ਨਵਾਂ ਸੰਚਾਰ ਕੀ ਹੋਏਗਾ ਉਹਦੀ ਇੱਕ ਟੈਕਨੋਲੋਜੀ ਹੋਏਗੀ ਉਹਦਾ ਇੱਕ ਐਪ ਹੋਏਗਾ ਮੋਬਾਈਲ ਦੇ ਵਾਂਗ ਜੋ 99% ਐਕੂਰੇਸੀ ਦੇ ਨਾਲ ਜੋ ਤੁਹਾਨੂੰ ਅਧਿਕਾਰ ਮਿਲਿਆ ਹੈ ਉਸ ਨਾਲ ਤੁਸੀਂ ਆਪਣੇ ਕਾਰ ਨੂੰ ਬਾਅਦ ਵਿੱਚ ਨਾਪ ਸਕਦੇ ਹੋ ਕੋਈ ਚੰਜਟ ਨਹੀਂ ਹੋਏਗਾ ਜੇਕਰ ਤੁਹਾਨੂੰ ਉਸ ਸੀਓਆਰਐਸ ਦੇ ਦੁਆਰਾ ਅਸੀਂ ਇਹ ਵੀ ਬੇਨਤੀ ਕੀਤੀ ਹੈ ਕਿ ਪੰਚਾਇਤ ਦੇ ਪਵਨਾ ਵਿੱਚ ਸਾਨੂੰ ਲੋੜ ਪਵੇ ਸਾਨੂੰ ਸੂਚਨਾ ਮਿਲੇ ਮੌਸਮ ਦੀ ਤਾਂ ਕਈ ਤਕਨੀਕੀ ਵਿਵਸਥਾ ਹੋਏਗੀ ਜਿਸ ਨਾਲ ਪਿੰਡ ਵਾਲਿਆਂ ਨੂੰ ਖੇਤੀ ਬਾੜੀ ਆਮ ਜੀਵਨ ਵਿੱਚ ਇੱਕ ਨਵਾਂ ਸੰਚਾਰ ਹੋਏਗਾ ਪਿੰਡਾਂ ਵਿੱਚ ਕੀ ਹੋ ਰਿਹਾ ਹੈ ਅੱਜ ਪਿੰਡ ਵਿੱਚ ਮੈਨੂੰ ਸਵੱਛਤਾ ਲਈ ਨਾਲੇ ਚਾਹੀਦੇ ਨੇ ਅੱਜ ਪਿੰਡ ਵਿੱਚ ਮੈਨੂੰ ਘਰ ਦਾ ਪਾਣੀ ਘਰ ਵਿੱਚ ਖੇਤ ਦਾ ਪਾਣੀ ਖੇਤ ਵਿੱਚ ਅਤੇ ਪਿੰਡ ਦਾ ਪਾਣੀ ਪਿੰਡ ਵਿੱਚ ਘਰ ਦਾ ਪਾਣੀ ਘਰ ਵਿੱਚ ਹੋਵੇ ਤਾਂ ਸੌਕ ਪਿਟ ਪਾਣਾ ਪਵੇਗਾ ਇਹ ਸਭ ਵਿੱਚ ਵੀ ਜਦੋਂ ਜੀਪੀ ਡੀਪੀ ਬਣੇਗਾ ਤੇ ਇਸ ਦੀ ਪਲਾਨਿੰਗ ਇੱਕਦਮ ਸੁਨਿਸ਼ਚਿਤ ਹੋ ਜਾਏਗੀ ਕਿ ਕਿਦਾ ਕਰ ਕਿੱਥੇ ਹੈ ਕਿੱਥੇ ਉਹਨਾਂ ਦਾ ਸੌਕ ਪਿੱਟ ਹੋਏਗਾ ਨਾਲੇ ਦੀ ਨਿਕਾਸੀ ਕਿੱਥੋਂ ਹੋਏਗੀ ਜੇਕਰ ਇਲੈਕਟ੍ਰੀਫਾਈਡ ਕਰਨਾ ਹੈ ਤਾਂ ਹੋ ਗਿਆ ਹੈ ਪੂਰਾ ਪੋਲ ਕਿੱਥੇ ਲੱਗਣਾ ਹੈ ਅਤੇ ਸਭ ਤੋਂ ਵੱਡਾ ਰਿਫਲੈਕਸ਼ਨ ਹੈ ਕਿ ਆਪਸ ਵਿੱਚ ਜਿਹੜੇ ਝਗੜੇ ਹੁੰਦੇ ਨੇ ਕੇਸ ਮੁਕਦਮੇ ਹੁੰਦੇ ਨੇ ਪਿੰਡ ਵਿੱਚ ਪਰਿਵਾਰ ਵਿੱਚ ਹੁੰਦਾ ਹੈ ਕਿ ਇਹ ਮੇਰਾ ਇਹ ਮੇਰਾ ਉਸ ਦਾ ਹੱਲ ਮਿਲ ਜਾਏਗਾ ਸੌਮਿਤਵ ਪ੍ਰਧਾਨ ਮੰਤਰੀ ਜੀ ਦਾ ਫਲੈਕਸਿਵ ਪ੍ਰੋਗਰਾਮ ਹੈ ਜੋਂ ਜਦੋਂ ਵਿਭਾਗਤਾ ਇੱਕ ਰੂੜੀ ਵਾਲਾ ਕੰਮ ਜਦੋਂ ਮੈਂ ਕਰ ਲਵਾਂਗਾ ਤੇ ਇਸ ਦਾ ਇੱਕ ਇੱਕ ਦਾ ਜਿਵੇਂ ਮੋਬਾਈਲ ਨੰਬਰ ਹੁੰਦਾ ਹੈ ਉੰਜ ਹੀ ਉਹਨਾਂ ਪਲਾਟਸ ਦਾ ਆਧਾਰ ਨੰਬਰ ਮਿਲੇਗਾ ਜਾਨੇ ਫਿਰ ਉਹ ਇੱਕ ਵਿਅਕਤੀ ਦਾ ਇੱਕ ਕੋਈ ਨੰਬਰ ਹੋਵੇਗਾ ਕੋਈ ਇਧਰ ਦਾ ਉਧਰ ਨਹੀਂ ਕਰ ਸਕਦਾ ਇਹ ਸੌਮਿਤਵ ਦੇ ਤਕਨੀਕੀ ਪਰਬਲ ਬਣਗੇ ਜ਼ਿੰਦਗੀ ਵਿੱਚ ਪਾਰਦਰਸ਼ਤਾ ਦਾ ਜ਼ਿੰਦਗੀ ਵਿੱਚ ਪਿੰਡ ਵਿੱਚ ਆਪਸ ਵਿੱਚ ਝਗੜੇ ਦਾ ਇਹ ਜ਼ਿੰਦਗੀ ਵਿੱਚ ਹੋਰ ਨਾ ਨਵੇਂ ਖੇਤਰਾਂ ਵਿੱਚ ਆयाम ਲਈ ਅਤੇ ਫਿਰ ਆਉਣ ਵਾਲੇ ਦਿਨਾਂ ਵਿੱਚ ਮੋਦੀ ਜੀ ਦੀ ਅਗਵਾਈ ਵਿੱਚ ਸਾਡਾ ਵਿਭਾਗ ਜ਼ਮੀਨਾਂ ਦਾ ਵੀ ਇਸ ਤਰੀਕੇ ਸਾਰਿਆਂ ਨੂੰ ਆਧਾਰ ਨੰਬਰ ਦੇਵੇਗਾ ਜਾਨੇ ਇੱਕ ਪਾਸੇ ਸਾਡੇ ਘਰਾਂ ਦੀ ਦਾ ਡੇਮ ਡਾ ਰਜਿਸਟਰਡ ਹੋਏਗਾ ਉਹਦੇ ਤੇ ਆਪਣਾ ابو ਆਧਾਰ ਨੰਬਰ ਹੋਏਗਾ ਦੂਜੇ ਪਾਸੇ ਅਸੀਂ ਜ਼ਮੀਨ ਦਾ ਦੇਾਂਗੇ ਇਸ ਦਾ ਮਤਲਬ ਪਿੰਡ ਅਤੇ ਪੰਚਾਇਤ ਵਿੱਚ ਕੋਸ਼ਿਸ਼ ਹੈ ਝਗੜਾ ਮੁਕਤ ਪਿੰਡ ਹੋਵੇ ਪਾਰਦਰਸ਼ੀ ਹੋਵੇ ਪਿੰਡ ਪੰਚਾਇਤਾਂ ਸਵੈਮਿੱਤਵ ਯੋਜਨਾ ਨੂੰ ਜਨ ਜਨ ਤੱਕ ਪਹੁੰਚਾਣ ਲਈ ਕਿਵੇਂ ਆਪਣੀ ਭੂਮਿਕਾ ਅਦਾ ਕਰ ਰਹੀਆਂ ਨੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਕਿ ਰਾਜ ਸਰਕਾਰ ਦੇ ਨਾਲ ਇੱਕ ਐਮਓਯੂ ਹੁੰਦਾ ਹੈ ਜਦੋਂ ਰਾਜ ਸਰਕਾਰ ਸਾਡੇ ਕੋਲੋਂ ਸਾਡੇ ਮਾਡਲ ਨੂੰ ਐਕਸੈਪਟ ਕਰਦੇ ਨੇ ਤਾਂ ਸਰਵੇ ਆਫ ਇੰਡੀਆ ਉੱਥੇ ਆਪਣਾ ਕੰਮ ਸ਼ੁਰੂ ਕਰਦਾ ਏ ਮੇਰਾ ਮੋਨਿਟਰਿੰਗ ਰਹਿੰਦਾ ਏ ਕਿ ਇੱਕ ਡਰੋਨ ਘੱਟੋ-ਘੱਟ ਪੂਰੇ ਦਿਨ ਵਿੱਚ 4-5 ਪਿੰਡਾਂ ਨੂੰ ਪੂਰਾ ਕਰ ਲੇ ਉਹਦੀ ਫੋਟੋ ਲੈ ਲੇ ਇਹ ਮੇਰਾ ਪ੍ਰੈਸ਼ਰ ਹੁੰਦਾ ਹੈ ਅਤੇ ਇਸੇ ਨਾਲ ਅੱਜ ਲਗਭਗ ਲੱਗਦਾ ਏ 2 ਕਰੋੜ ਦੇ ਲਗਭਗ ਅਸੀਂ ਪਾਸਰ ਨੂੰ ਲੈ ਸਕੇ ਹਾਂ 1.5 ਲੱਖ ਤੋਂ ਉੱਤੇ ਪਿੰਡ ਨੂੰ ਅਸੀਂ ਪੂਰਾ ਕਰ ਚੁੱਕੇ ਆ ਅਸੀਂ ਸਵੈਮਿਤਵ ਯੋਜਨਾ ਤੇ ਗੱਲ ਕਰ ਰਹੇ ਸੀ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਭਾਰਤ ਸਰਕਾਰ ਮਾਨ ਜੋਗਰੀ ਰਾਜੀ ਨਾਲ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਅਤੇ ਤੁਹਾਡੇ ਕੋਲੋਂ ਇਜਾਜ਼ਤ ਚਾਹਨੇ ਆ ਜੈ ਹਿੰਦ